ਜਿਸ ਵਿਸ਼ੇ ਦੇ ਉੱਤੇ ਵਿਚਾਰ ਹੋਣੀ ਹੈ ਉਹਦਾ ਵਿਸ਼ਾ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਕੌਣ ਸੀ। ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਕਿਹੜੇ ਗੁਰੂ ਦੇ ਲੜ ਲਾਇਆ, ਆਪਣੇ ਜਾਂ ਕਿਸੇ ਹੋਰ ਦੇ, ਔਰ ਕੀ ਦੇਹ ਧਾਰੀ ਗੁਰੂ ਦੀ ਲੋੜ ਹੈ। ਤੇ ਜਿਹੜੇ ਦੇਹ ਧਾਰੀ ਗੁਰੂਆਂ ਦਾ ਇਹ ਪੱਖ ਹੈ ਕਿ ਜਦ ਮਾਮੂਲੀ ਵਿਹਾਰਕ ਚੀਜ਼ ਬਗੈਰ ਉਸਤਾਦ ਦੇ ਸਿੱਖੀ ਨਹੀਂ ਜਾ ਸਕਦੀ, ਪਰਮਾਰਥ ਦਾ ਮਾਰਗ ਕਿਵੇਂ ਗੁਰੂ ਤੋਂ ਬਿਨਾਂ ਪ੍ਰਾਪਤ ਹੋਵੇਗਾ। ਦੂਜਾ ਉਹਨਾਂ ਦੀ ਇਹ ਕੰਟੈਂਸ਼ਨ ਜੋ ਆਪਣੇ ਪਕਸ਼ ਕਹਿੰਦੇ ਹਨ, ਦਲੀਲ ਜਿਹੜੀ ਹੈ ਕਿ ਮੌਕੇ ਦਾ ਡਾਕਟਰ ਹੋਣਾ ਚਾਹੀਦਾ ਹੈ, ਗੁਰੂ ਜਿਹੜੇ ਹੋ ਚੁੱਕੇ, ਤੇ ਇਸ ਪੱਖ ਦੇ ਵਿੱਚ ਉਹ ਇੱਕ ਦਲੀਲ ਪੇਸ਼ ਕਰਦੇ ਹਨ ਕਿ ਜਦ ਤੱਕ ਡਾਕਟਰ ਬਿਮਾਰ ਦੇ ਕੋਲ ਜਾ ਕੇ ਬਿਮਾਰ ਦੀ ਬਿਮਾਰੀ ਦੀ ਤਸ਼ਖੀਸ ਨਾ ਕਰੇ ਤੇ ਨੁਸਖਾ ਨਾ ਲਿਖੇ, ਤਾਂ ਬਿਮਾਰ ਆਦਮੀ ਦੀ ਬਿਮਾਰੀ ਨਹੀਂ ਕੱਟਦੀ। ਇਸ ਵਾਸਤੇ ਜ਼ਰੂਰੀ ਹੈ ਕਿ ਉਹ ਪਹਿਲੇ ਬਿਮਾਰ ਦੇ ਕੋਲ ਜਾਵੇ, ਉਹਦੀ ਜਿਹੜੀ ਕਿ ਬਿਮਾਰੀ ਹੈ ਉਸਨੂੰ ਡਾਇਗਨੋਸ ਕਰੇ, ਫਿਰ ਉਸਦਾ ਪ੍ਰਿਸਕ੍ਰਿਪਸ਼ਨ ਲਿਖੇ, ਤਦ ਉਹ ਬਿਮਾਰ ਦੀ ਬਿਮਾਰੀ ਚੀਜ਼ ਕੱਟੇਗੀ। ਭਾਵੇਂ ਉਸ ਕਮਰੇ ਦੇ ਵਿੱਚ, ਜਿਸ ਕਮਰੇ ਦੇ ਬਿਮਾਰ ਹੈ, ਦਵਾਈਆਂ ਨਾਲ ਕਮਰਾ ਭਰਿਆ ਪਿਆ ਹੈ, ਲੇਕਿਨ ਆਪੋ ਉਹ ਬਿਮਾਰ ਉਹਨਾਂ ਨੂੰ ਪ੍ਰਯੋਗ ਨਹੀਂ ਕਰ ਸਕਦਾ ਤੇ ਠੀਕ ਨਹੀਂ ਹੋ ਸਕਦਾ। ਇਹਨਾਂ ਚੀਜ਼ਾਂ ਦੇ ਉੱਤੇ ਇਹ ਇੰਟਰਕਨੈਕਟਡ ਹਨ, ਸਾਰੀਆਂ ਇੰਟਰਲਿੰਕਡ ਹਨ, ਇਹਨਾਂ ਦੇ ਵਿਚਾਰ ਕੀਤੇ ਜਾਵੇਗੀ। ਔਰ ਬੜੀ ਇਹ ਇੰਪੋਰਟੈਂਟ ਚੀਜ਼ਾਂ ਹਨ, ਖਾਸ ਤੌਰ ਤੇ ਇਹ ਵਿਸ਼ਾ ਬਹੁਤ ਹੀ ਮੋਸਟ ਇੰਪੋਰਟੈਂਟ ਹੈ, ਕਿਉਂਕਿ ਇਸਦੇ ਅਧੀਨ ਹੁਣ ਘਰ ਘਰ ਗੁਰੂ ਬਣ ਬੈਠੇ। ਗੁਰੂ ਪਦ ਮੈਂ ਗੁਰੂ ਪਦ ਦੀ ਗੱਲ ਕਰ, ਸੰਤ ਮੰਤ ਦਾ ਛੱਡ। ਇਸ ਗੱਲ ਦਾ ਨਿਰਣਾ ਕਰਨ ਲਈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਕੌਣ ਗੁਰੂ ਸੀ, ਸਾਨੂੰ ਕਿਤੇ ਇਤਿਹਾਸ ਦੀ ਸ਼ਰਨ ਲੈਣ ਦੀ ਲੋੜ ਨਹੀਂ, ਸਾਨੂੰ ਕਿਤੇ ਹੋਰ ਪੁਸਤਕ ਦੇ ਕੋਖਣ ਦੀ ਲੋੜ ਨਹੀਂ। ਕਿਉਂ ਨਾ ਸਾਹਿਬ ਗੁਰੂ ਨਾਨਕ ਦੇਵ ਜੀ ਨੂੰ ਪੁੱਛੇ ਕਿ ਆਪਦਾ ਗੁਰੂ ਕੌਣ ਸੀ, ਜੋ ਉਹਨਾਂ ਨੇ ਬਾਣੀ ਚ ਲਿਖਿਆ ਹੋਇਆ। ਇਤਿਹਾਸ ਦੀ ਤਾਂ ਸ਼ਰਨ ਤਦ ਲਈਦਾ ਕਿ ਜਿਸ ਦੇ ਮੁਤਲਕ ਕੁਛ ਯਾਨੀ ਸੂਚਨਾ ਪ੍ਰਾਪਤ ਕਰਨੀ ਹੋਵੇ, ਪਰ ਇੱਥੇ ਤਾਂ ਗੁਰੂ ਨਾਨਕ ਆਪ ਹੀ ਫਰਮਾ ਰਹੇ ਨੇ ਕਿ ਉਹ ਗੁਰੂ ਨਾਨਕ ਨੂੰ ਪੁੱਛੇ ਕਿ ਆਪਦਾ ਗੁਰੂ ਕੌਣ ਸੀ, ਆਪਣੇ ਕਿਹੜੇ ਗੁਰੂ ਦੇ ਲੜ ਸਾਨੂੰ ਲਾਇਆ, ਕਿਵੇਂ ਯਾਨੀ ਪਰਮ ਪਦ ਦੀ ਪ੍ਰਾਪਤੀ ਹੋ ਸਕਦੀ ਹੈ। ਇਹ ਉਹਨਾਂ ਕੋਈ ਸਵਾਲ ਕਿਉਂ ਨਾ ਪੁੱਛੇ। ਇਹ ਸਵਾਲ ਸਿੱਧਾ ਨੇ ਸਿੱਧ ਗੋਸ਼ ਦੇ ਵਿੱਚ ਸਾਹਿਬ ਗੁਰੂ ਨਾਨਕ ਨੂੰ ਇੰਜ ਪੁੱਛਿਆ ਹੈ, ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਇਹ ਤਿੰਨ ਪ੍ਰਸ਼ਨ, ਮੂਲ ਕਹਿੰਦੇ ਰੂਟ, ਤੇਰਾ ਅਸਲਾ ਕੀ ਹੈ, ਰੂਟ ਕੀ ਹੈ, ਬੇਸ ਕੀ ਹੈ, ਬੇਸ ਨਹੀਂ ਪਰ ਰੂਟ ਕੀ ਹੈ, ਮੂਲ ਰੂਟ, ਕਵਨ ਮੂਲ ਕਵਨ ਮਤ ਵੇਲਾ, ਕਿਹੜੇ ਮਤ ਦਾ ਇੱਥੇ ਵੇਲਾ, ਵੇਲ ਹੈ ਸਮਾਨੀ, ਉਹ ਭੁਲੇਖਾ ਤਦ ਪੈ ਜਾਂਦਾ ਕਿ ਜਿਸਨੂੰ ਇੱਕੋ ਚੀਜ਼ ਆਉਂਦਾ ਉਹੀ ਉੱਥੇ ਲਾ ਲੈਂਦਾ। ਮੂਲ ਜੋ ਹੈ ਰੂਟ ਤੇ ਸ਼ਾਖ, ਕਿਹੜੇ ਮਤ ਦਾ ਤੂੰ ਧਾਰਨੀ ਹੈ, ਫੋਲੋਅਰ ਹੈ, ਤੇਰਾ ਮੂਲ ਕੀ ਹੈ ਔਰ ਤੂੰ ਕਿਹੜੇ ਮਤ ਦਾ ਧਾਰਨੀ ਹੈ, ਧਾਰਨੀ ਮੈਨੇ ਫੋਲੋਅਰ ਹੈ। ਕਵਨ ਮੂਲ ਪਹਿਲਾ ਪ੍ਰਸ਼ਨ, ਕਵਨ ਮਤ ਵੇਲਾ, ਦੂਸਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ, ਇਹ ਤੀਜਾ ਪ੍ਰਸ਼ਨ, ਤੇਰਾ ਗੁਰੂ ਕਿਹੜਾ ਜਿਸ ਦਾ ਤੂੰ ਚੇਲਾ, ਤੂੰ ਤੂੰ ਕਰਕੇ ਆਖਦੇ ਮਹਾਰਾਜ, ਉਹਨਾਂ ਸਮਝ ਬਾਲਕਾ ਹੀ ਹੈ, ਦੀਨ ਦੁਨੀਆ ਨੂਰ, ਪਿਓਰ ਨੂਰ, ਗੁਰੂ ਨਾਨਕ ਧੰਨ, ਗੁਰੂ ਨਾਨਕ ਸਾਹਿਬ ਧੰਨ, ਗੁਰੂ ਨਾਨਕ ਸਾਹਿਬ ਜੋਤ ਰੂਪ ਹਰੇ ਆਪ ਗੁਰੂ ਨਾਨਕ ਕਹਾਇਓ, ਜੋਤ ਰੂਪ ਹਰੇ ਆਪ ਗੁਰੂ ਨਾਨਕ ਕਹਾਇਓ, ਰੱਬ ਨੂਰ ਹੀ ਨੂਰ, ਨਿਰਾ ਨੂਰ, ਨਿਰਾ ਨੂਰ, ਆਪ ਦੋ ਵਾਰੀ ਤਿੰਨ ਵਾਰੀ ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਸਾਹਿਬ।
हुआ है। जब ये तीन प्रश्न आपके सामने पेश हुए, कमन मूल तेरा असला की है, केड़े मत दा तू तारनी है, तेरा केड़ा गुरु है जिसका के तू चेल है, ये तीन प्रश्न हजूर के सामने पेश होते हैं। हजूर उत्तर दिन देने का प्रश्न है। पवन आरंभ सतगुर मत वेला, शब्द गुरु सुरत धन चेला। तिन्ना का तीन ही उत्तर। मेरा मूल ओ होंद है, ओ एंटिटी है, ओ एग्जिस्टेंस है, ओ हस्ती है जिसने के पवन आरंभ कीती है, जिसके नाल के प्राणधारी जीव जंतु जितनी श्रेणियां उसके विच प्राण आ गए। मेरा असला ओ है। यानी इन्हों का टीका बारे अपने अपने समझ नाल कीता सीधा ही। पवन आरंभ जिस होंद ने पवन बनाई आरंभ कीती है। पवन ना होए तो कोई भी शय जिंदी नहीं रह सकती, भावे किसी श्रेणी की है, ह्यूमन बींग एनिमल के तो कोई भी है, पवन है। पर इसनों आरंभ करने वाला है पवन नहीं मेरा ना, जेने पवन बनाई है, जिसने पवन बनाई है ओ मेरा मूल है। कमल मूल पवन आरंभ करने वाला मूल आ गया उत्तर पहले क्वेश्चन। पवन आरंभ करने वाली जेड़ी होंद है वो मेरी मूल है, रूट है। कमल मत वेला सतगुर मत वेला, मैं सतगुर दे मत दा ग्रहण करने वाला ग्रहणी हां, धारनी हां। हूं उन्हों का सतगुर कौन सी उन्हों तो ही पूछिए, ये देदारी थी नहीं। हजूर कहते अपरम पर पार ब्रह्म परमेश्वर नानक गुर मिलिया सोई जियो। जेड़ी हूं परे तो परे है, किस पहलू ते हर पहलू ते परे तो परे है। पहला यह है कि लिमिटलेस है, बाउंडलेस है, काउंटलेस है, फैथमलेस है, फॉर्मलेस है, वेटलेस है। ये हर एक पहलू ते होया जेड़ा के परे तो परे है। जदा था है फैथमलेस होया, बाउंडलेस परे तो परे, लिमिटलेस प्राइसलेस फॉर्मलेस, हर एक पहलू ते जेड़ी ओन परे है जिसकी बारा बारा वार नहीं। ओ जेड़ा है ओ मैं उस दे अपरंपर है, पार ब्रह्म है, ओ ब्रह्म जिसका पारावार नहीं, ब्रह्म पद है ईश्वर नहीं, भगवान नहीं, रब नहीं, गॉड नहीं। ते आप संस्कृत ऐसे पार ब्रह्म नहीं कहते, पर ब्रह्म कहते, कन्ना नहीं लाते। ओ जरा परे तो परे पार ब्रह्म है, अपरंपर पार ब्रह्म परमेश्वर, परम मैंने वड्डा, स्वर मैंने मालक, सबका वड्डा मालक है परमेश्वर। दो पद परम प्लस स्वर, स्वर मैंने मालक, परम मैंने वड्डा, ओ जाड़ा वड्डा मालक है जो पार ब्रह्म है, जो परे तो परे है। अपरम पर पार ब्रह्म परमेश्वर नानक गुर मिलिया सोई जियो। नानक नु ऐसा गुरु मिलिया है जो अपरम पर है, पार ब्रह्म है और परमेश्वर है। ठीक, हजूर ने कहंदे उसका नाम है सतगुर रखा है, तुसी तो आया सतगुर देह दे उत्ते। कहंदे मैं ना इत्थे जी गल हजूर की बाणी दे विच डेफिनेशन ऑफ सतगुर, सतगुर दे भी कई अर्थां विच वरत्या है, लेकिन इत्थे सतगुर किस अर्थ दे विच है, कि अर्थ ना मारिए इस अर्थ दे विच है। सतगुर मेरा सदा सदा, ना आवे ना जाए, ओ अबनाशी पुरख है किते सब मेरे समाए। ए सतगुर है ओ जेड़ा है अपरंपर पार ब्रह्म परमेश्वर, ओदे ए लक्षण है, ए इसनु मैं सतगुर आख्या है। ते ओ दी जेड़ी मत है, ओ जेड़ा सतगुर है उसदे मत दा मैं धारनी हां। उन्हें ते प्रश्न पैदा हुंदा है कि ओ जेड़ा सतगुर है, आप ही कहंदे ने के सब मेरे आसमाए, ना आवे ना जाए, चक्कर चहन रूप तो बाहर है, फॉर्मलेस है,
ਤੇ ਉਹਦੇ ਮਤ ਦੇ ਤੁਸੀਂ ਕਿਸ ਤਰ੍ਹਾਂ ਗ੍ਰਹਿਣ ਹੋ ਗਏ? ਕੁਦਰਤੀ ਸਵਾਲ ਹੋਣਾ ਸੀ, ਪਰ ਹੋ ਸਕਦਾ ਹੈ ਕਰਦੇ ਨੇ ਲੋਕੀ ਕਿ ਉਹ ਤਾਂ ਫਾਰਮਲੈਸ ਹੈ ਜੀ ਨਿਰੰਕਾਰ, ਤੇ ਗੁਰੂ ਨੇ ਕਿਸ ਤਰ੍ਹਾਂ ਮਤ ਧਾਰ ਕਰ ਲਿੱਤੀ ਨਿਰੰਕਾਰ ਤੋਂ? ਹੁਣ ਉਹ ਗੁਰੂ ਨਾਨਕ ਆਪ ਆਖਦੇ ਕਿ ਮੈਂ ਕਿਸ ਤਰ੍ਹਾਂ ਸਤਿਗੁਰ ਤੋਂ ਮਤ ਲਈਏ? ਉਹ ਗੁਰੂ ਨਾਨਕ ਹੀ ਆਪ ਹੀ ਨੂੰ ਪੁੱਛਦੇ ਨੂੰ ਪੁੱਛੀ ਆਪਾਂ ਹਜ਼ੂਰ ਕਹਿੰਦੇ ਨੇ ਉਸ ਸਤਿਗੁਰ ਦੀ ਮਤ ਮੇਰੇ ਹਿਰਦੇ ਦੇ ਵਿੱਚ ਉਤਰ ਰਹੀ ਹੈ, ਮੇਰੇ ਅੰਦਰ ਆ ਰਹੀ ਹੈ। ਇੰਜ ਹਜ਼ੂਰ ਕਹਿੰਦੇ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਉਹ ਲਾਲੋ ਮੈਂ ਜੋ ਸੰਸਾਰ ਨੂੰ ਗਿਆਨ ਕਰ ਰਿਹਾ ਹਾਂ, ਇਹ ਮੇਰਾ ਆਪਣਾ ਗਿਆਨ ਨਹੀਂ, ਮੇਰਾ ਆਪਣਾ ਵਿਖਿਆਨ ਨਹੀਂ, ਮੇਰੀ ਆਪਣੀ ਬਾਣੀ ਨਹੀਂ, ਮੇਰੀ ਆਪਣੀ ਕਹਾਣੀ ਨਹੀਂ, ਮੇਰਾ ਆਪਣਾ ਸਿਧਾਂਤ ਨਹੀਂ, ਮੇਰੀ ਕੋਈ ਨਿਜ ਕਲਪਤ ਮਤ ਨਹੀਂ, ਮੇਰੀ ਕੋਈ ਕਵਿਤਾ ਬੰਦੀ ਦੇ ਖਿਆਲਾਂ ਦੀ ਪ੍ਰੋਰੀ ਬਾਣੀ ਨਹੀਂ। ਗੱਜ ਕੇ ਕਹਿ ਰਹੇ ਨੇ ਮੇਰੀ ਨਾ ਬਾਣੀ ਨਾ ਕਹਾਣੀ ਨਾ ਕੁਛ, ਮੈਨੂੰ ਤਾਂ ਜੋ ਮੇਰੇ ਮਾਲਕ ਵੱਲੋਂ ਆ ਰਹੀ ਹੈ ਗੱਲ ਉਹ ਮੈਂ ਦੁਨੀਆਂ ਨੂੰ ਆਖ ਰਿਹਾ ਹਾਂ। ਮਹੱਲਾ ਪਹਿਲਾ ਜੀ ਦਾ ਪ੍ਰਮਾਣ ਹੈ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਦੂਜਾ ਪ੍ਰਮਾਣ ਸ੍ਰੀ ਗੁਰੂ ਨਾਨਕ ਦੇਵ ਨੂਪ ਦਾ, ਮਹੱਲਾ ਪਹਿਲਾ ਜੀ ਦਾ। ਹਜ਼ੂਰ ਫਿਰ ਫਰਮਾਉਂਦੇ ਤਾਂ ਮੈਂ ਕਿਹਾ ਕਹਿਣ ਜਾਂ ਤੁਝੈ ਕਹਾਇਆ। ਹੇ ਨਿਰੰਕਾਰ, ਜੋ ਮੈਂ ਦੁਨੀਆਂ ਨੂੰ ਕਹਿਣ ਕਿਹਾ ਹੈ ਮੇਰਾ ਕਹਿਣ ਨੀ, ਇਹ ਮੇਰੀ ਕਥਨੀ ਨੀ, ਇਹ ਤਾਂ ਜੋ ਹਜ਼ੂਰ ਨੇ ਮੈਨੂੰ ਕਿਹਾ ਕਹਿ ਦੇ ਮੈਂ ਕਹਿ ਦਿੱਤਾ, ਮੇਰਾ ਇਹਦੇ ਕੁਛ ਵੀ ਨੀ, ਮੇਰਾ ਤਾਂ ਜ਼ਰਾ ਜਿੰਨਾ ਵੀ ਕੋਈ ਅੰਸੀ ਨੀ ਆਪਣੀ ਨਿਜਮਤ ਦਾ। ਹਜ਼ੂਰ ਨੇ ਕਹਿ ਦਿੱਤਾ ਕਹਿ ਦੇ, ਮੈਂ ਅੱਗੇ ਕਹਿ ਦਿੱਤਾ, ਕਿਉਂਕਿ ਫਾਰਮਲ ਲੈਸ ਨੇ ਕਿਸੇ ਫੋਰਮ ਦੇ ਜ਼ਰੀਏ ਆਪਣਾ ਦੱਸਣਾ ਸੀ ਆ ਕੇ, ਮੈਂ ਤਾਂ ਵਿਚੋਲਾ। ਇਹ ਹਜ਼ੂਰ ਕਹਿੰਦੇ ਨੇ ਤਾਂ ਮੇਰੇ ਹਿਰਦੇ ਦੇ ਵਿੱਚ, ਦੂਜੇ ਅਰਥਾਂ ਚ ਮੇਰੇ ਹਿਰਦੇ ਦੇ ਵਿੱਚ ਜੋ ਨਿਰੰਕਾਰ ਵੱਲੋਂ ਬਾਣੀ ਆ ਰਹੀ ਹੈ ਉਸ ਬਾਣੀ ਦਾ ਮੈਂ ਫੋਲੋਅਰ ਹਾਂ, ਉਸ ਮਤ ਦਾ ਮੈਂ ਫੋਲੋਅਰ ਹਾਂ। ਕਵਨ ਮੂਲ ਕਵਨ ਆਰੰਭ ਕਰਨ ਵਾਲੀ ਹਸਤੀ, ਕਵਨ ਮਤ ਵੇਲਾ ਸਤਿਗੁਰ ਮਤ ਵੇਲਾ, ਕਿਹੜਾ ਸਤਿਗੁਰ? ਜੋ ਆਵੇ ਨਾ ਜਾਏ, ਜਿਹੜਾ ਬਨਾਸ਼ੀ ਪੁਰਖ ਹੈ ਸਭ ਮੈਂ ਰਿਹਾ ਸਮਾਏ, ਉਹ ਸਤਿਗੁਰ ਹੈ, ਉਸ ਦੇ ਮਤ ਦੀ ਉਹ ਮਤ ਮੇਰੇ ਹਿਰਦੇ ਚ ਆ ਰਹੀ। ਕਵਨ ਗੁਰੂ ਜਿਸ ਕਾ ਤੂੰ ਚੇਲਾ, ਹੁਣ ਇੱਥੇ ਮੋਸਟ ਇੰਪੋਰਟੈਂਟ ਇਹ ਹੈ, ਕਵਨ ਗੁਰੂ ਜਿਸ ਕਾ ਤੂੰ ਚੇਲਾ। ਇਸਦਾ ਉੱਤਰ ਹਜ਼ੂਰ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਜਿਹੜੀ ਮੇਰੀ ਹਿਰਦੇ ਦੇ ਵਿੱਚ, ਮੇਰੇ ਹਿਰਦੇ ਵਿੱਚ ਬਾਣੀ ਜਾਂ ਸ਼ਬਦ ਆ ਰਹੀ ਹੈ, ਬਾਣੀ ਸ਼ਬਦ ਹੁਕਮ ਇਹ ਜਿਹੜੇ ਹਨ ਪਹਾੜਾ, ਇਹ ਸਿਨੋਨੀਮਸ ਟਰਮਸ ਹਨ, ਇੱਕੋ ਅਰਥ ਭਾਵ ਰੱਖਣ ਵਾਲੇ ਪਦ ਹਨ। ਸਤਿਗੁਰ ਬਚਨ ਹੁਕਮ ਸ਼ਬਦ, ਬਲਕਿ ਸ਼ਬਦ ਗੁਰੂ ਨਾਨਕ ਦੇ ਮਹੱਲਾ ਪਹਿਲਾ ਜੀ ਦਾ ਲਿਖਿਆ ਹੋਇਆ, ਗੁਰੂ ਅਰਜਨ ਸਾਹਿਬ ਨੇ ਉੱਤੇ ਹੈਡਿੰਗ ਸ਼ਬਦ ਮਹੱਲਾ ਪਹਿਲਾ। ਤਾਂ ਉਹ ਜਿਹੜੇ ਸਤਿਗੁਰ ਨੇ ਮਤ ਮੇਰੇ ਹਿਰਦੇ ਦੇ ਵਿੱਚ ਦਿੱਤੀ ਹੈ ਉਹ ਮੈਂ ਸ਼ਬਦ ਕਹਿੰਦਾ ਉਸਨੂੰ, ਉਹਦਾ ਗੁਰੂ ਦਾ ਹੁਕਮ ਹੈ ਨਿਰੰਕਾਰ ਦਾ, ਉਹ ਮੇਰਾ ਗੁਰੂ, ਜਿਹੜੇ ਮੇਰੇ ਹਿਰਦੇ ਦੇ ਵਿੱਚ ਸ਼ਬਦ ਆ ਰਿਹਾ ਮੈਂ ਉਸਨੂੰ ਗੁਰੂ ਬਣਾਇਆ ਹੈ, ਤੇ ਉਸ ਸ਼ਬਦ ਦੇ ਵਿੱਚ ਸੁਰਤ ਨੂੰ ਜੋੜਨਾ ਇਹ ਮੈਂ ਆਪਣਾ ਚੇਲਾ ਬਣਾ ਦਿੱਤਾ। ਬੋਡੀ ਤਾਂ ਉਡਾਈ ਗਏ, ਬੋਡੀ ਤਾਂ ਬਿਲਕੁਲ ਸੁਨਹਾਰ ਹੈ, ਕੱਪੜਾ ਹੈ, ਕਮਾਲ ਹੈ। ਧੰਨ ਗੁਰੂ ਨਾਨਕ ਹਜ਼ੂਰ ਦੀ ਇਸ ਸੱਚਾਈ ਦੀ ਕਮਾਲ ਹੈ, ਕਿਉਂਕਿ ਦੇਹ ਤਾਂ ਬਿਨਸਦੀਆਂ ਰਹਿਣਗੀਆਂ, ਨਾ ਸ਼ਬਦ ਬਿਨਸੇਗਾ, ਨਾ ਸ਼ਬਦ ਨੂੰ ਭੇਜਣ ਵਾਲਾ ਬਿਨਸੇਗਾ, ਔਰ ਜੋ ਨਾ ਜਿਸਨੇ ਪਵਨ ਆਰੰਭ ਕਰੀ ਹੈ ਉਹ ਸਦਾ ਰਹੇਗਾ, ਨਾ ਉਹ ਬਿਨਸੇਗਾ। ਤੇ ਸੁਰਤ ਜਿਹੜੀ ਹੈ ਕੱਪੜੇ ਵਿਛਾਉਂਦੇ ਆਉਂਦੇ ਰਹਿੰਦੇ, ਕੱਪੜਾ ਹੀ ਹੈ ਨਾ, ਹੋਰ ਕੱਪੜਾ ਪੈਂਦਾ ਰਹੇਗਾ, ਸੁਰਤ ਵੀ ਸਦਾ ਕਾਇਮ ਰਹੇਗੀ। ਆਖੋ ਧੰਨ ਗੁਰੂ ਨਾਨਕ, ਕਮਾਲ ਹੈ, ਕਮਾਲ ਹੈ। ਤਾਂ ਫਿਰ ਮੈਂ ਦੁਹਰਾਉਣਾ ਕਿ ਜਿਸ ਹਸਤੀ ਨੇ ਪਵਨ ਆਰੰਭ ਕਰਕੇ ਪ੍ਰਾਣਧਾਰੀ ਜੀਵ ਬਣਾਏ ਹਨ ਉਹ ਮੇਰਾ ਮੂਲ ਹੈ, ਉਸ ਹਸਤੀ ਤੋਂ ਜਿਹੜੀ ਬਾਣੀ ਮੇਰੇ ਹਿਰਦੇ ਚ ਉਤਰ ਰਹੀ ਹੈ ਉਸਦੇ ਮਤ ਦਾ ਮੈਂ ਧਾਰਨੀ ਹਾਂ, ਔਰ ਜਿਸ ਹਸਤੀ ਨੇ ਇਹ ਬਾਣੀ ਭੇਜੀ ਹੈ ਉਸ ਬਾਣੀ ਨੂੰ ਮੈਂ ਸ਼ਬਦ ਕਹਿ ਕਰਕੇ ਉਹ ਮੇਰਾ ਗੁਰੂ ਹੈ, ਉਸ ਸ਼ਬਦ ਦੇ ਵਿੱਚ ਧੁਨੀ ਜੋੜਨੀ ਲਿਵ ਲਾਣਾ ਸੁਰਤ ਨੂੰ ਮੈਂ ਚੇਲਾ ਬਣਾ ਲਿੱਤਾ।
कितना कमाल है। देता तो सवाल ही पैदा नहीं होता, देता आया है जिनसी फिर रूह ने फिर कोई मिलेगा जैसा धर्म भुगतेगा होता, वो तो चल रहा काम। हूं इस प्रमाण की मौजूदगी जो गुरु पातशाह के अपने मुहारबन तो सिद्ध गोश के विच है किंतु नहीं हो सकता। हूं सिद्ध होया कि गुरु नानक का गुरु पार ब्रह्म परमेश्वर ठीक है, पार ब्रह्म परमेश्वर तो जो शब्द गुरु हिरदे च आया है, गुरु नानक ने गुरु ओनू तारिया है, उस शब्द दे विच सुरत जोड़ना गुरु नानक ने चेला बनाया अपनी सुरत ने जोड़ा। फिर सिद्धा ने आख्या कि जी वो जो गुरु अपरंपर पार ब्रह्म परमेश्वर है वो कदा है, हजूर कहें नानक जुग जुग गुरु गोपाला, मेरा जेड़ा गुरु जिसने मैं गुरु बनाया है वो गोपाल है, गो मैंने सृष्टि, पाल मैंने पालन वाला, दुनिया नू पालन वाला है, यानी वर्ल्ड सस्टेनर है, यूनिवर्स सस्टेनर, वर्ल्ड यूनिवर्स सस्टेनर। नानक जुग जुग गुरु गोपाला, नानक दा जेड़ा गुरु हो जुगां जुगां तो, इस वास्ते गुरु अर्जन साहब ने आख दिता है मेरे गुरु किसने नमस्कार की है, टीकेकार मड़े गलती खा गए सिद्धांत अलोप हो गया है। हजूर कहते हैं पहले सुखमनी साहब दे आद गुरु नम है, आद दे दद्दे नू सिहारी सिहारी होंगी है प्रपोजिशन, अर्थ होया जेड़ा गुरु आद दे विच सी आद मुड, आद का अर्थ है बिफोर द क्रिएशन ऑफ द वर्ल्ड, आद मुड उहदे विच जेड़ा गुरु सी, गुरु नानक हूं 500 साल होए, आद दे विच गुरु है ओनू नमस्कार मैं करदा हां। जुगा जेड़ा जुगा दे आद तो पहला सी, यानी बिफोर द क्रिएशन ऑफ द वर्ल्ड और सी उहदे विचों लैके इन दी बिगनिंग ऑफ दी वर्ड तक जरा है ड्यूरेशन इधरे विच जरा सी ओनु नमस्कार गुरु नु करदा। फिर आद गुरु ए नमः, जोगाद ए गुरु ए नमः, सत गुरु ए नमः, केड़ा सत गुरु, सत गुरु मेरा सदा सदा ना आवे ना जाए, ओ अविनाशी पुरख है सब मेरे आसमाए, ओनु नमस्कार देना। ओ गुरु की है ओ प्रकाश रूप है गुरुदेव ही नमः, गुर मैंने वो रब दे मैंने प्रकाश, प्रकाश ये नूरी है ना, उसनु मैं नमस्कार कर दा। पर अपनी अपनी बूझ हुंदी है, सूझ हुंदी है, अर्थ दे अनर्थ लै गए, क्योंकि फिर दूजा जिस पर दे ना दूजे कहंदा देख ले ते तुहाडा मत तुसीं दा अपना ये कहंदे गुरु नानक ते फलाना, सच्चाई अलोप हो जाती है। गुरु नानक दे सर्व संसार मनुख जाति दे लई ये बाणी जिहड़ी हिरदे च उतरी है इसनू असी यानी की ला दिते ने बाहर कर दिते चारे पासे फैलन नहीं देंदे। जेड़ा ते कहेगा आद गुरु नमे ओ कहेगा लै लै, उस तो पहला है ही नहीं सी कोई, आद दे लाता किसी ने गुरु नानक, जुगाद दा लाता गुरु अंगद, ते तीजा सतगुरु दा लाता गुरु रामदास अमरदास, ते गुरुदेव दा लाता गुरु रामदास, किते है किते, देखो अर्थ ते अनर्थ कर रहे हैं। हुण गुरु नानक पातशाह ने अगली गल ए है कि सानू के दे लड़ लाया है, कि अपने चरणा दे हाड़ मास नाड़ी दे पिंजर दे लड़ लाया है, या किते होर लाया है, या उस गुरु दे लड़ लाया है जो गुरु नानक ने अपना गुरु बनाया शब्द। देखो हुण दस विचार अगली ए इहदे नाल ही।